ਉਹਦੀਆਂ ਹਰਕਤਾਂ ਤੇ ਕੁਝ ਵੀਰ ਐਸੇ ਵੀ ਹੈ ਉਹਨਾਂ ਨੂੰ ਹੋਰ ਤਾਂ ਕੁਝ ਸੁਵਿਧਾ ਨਹੀਂ ਹੁਣ ਦੂਜੇ ਪਾਸੇ ਦੇ ਤੋਰਨ ਲੱਗੇ ਕੰਮ। ਅੱਜ ਮੈਂ ਇੱਕ ਛੋਟੀ ਜਿਹੀ ਖ਼ਬਰ ਪੜ੍ਹੀ ਨਿੱਕੀ ਜੀ, ਉਹ ਵੀਰ ਦਵਿੰਦਰ ਸਿੰਘ ਹੈ, ਪਤਾ ਨੀ ਕਿੱਥੋਂ ਦਾ ਉਹ ਕਾਂਗਰਸ, ਮੈਨੂੰ ਪਤਾ ਲੱਗਾ ਹੈ। ਉਹਨੇ ਇੱਕ ਖ਼ਬਰ ਦੇ ਦਿੱਤੀ ਹੈ, ਆਖਿਆ ਜੀ ਜੋ ਲੌਂਗੋਵਾਲ ਨੇ ਗੱਲ ਕਹੀ ਆ ਫਰਾਡ ਵਾਲੀ, ਇਹ ਗੱਲ ਅਖੇ ਠੀਕ ਨੀ ਕੀਤੀ, ਇਹ ਮਾੜੀ ਗੱਲ ਕੀਤੀ, ਉਹਨੇ ਨਿਖੇਧੀ ਕੀਤੀ ਇਸ ਗੱਲ ਦੀ। ਤੇ ਥੱਲੇ ਦੇ ਜਾ ਕੇ ਕਹਿੰਦਾ ਅਖੇ ਮੈਂ ਜਰਨੈਲ ਸਿੰਘ ਨੂੰ ਆਪਣੀ ਰਾਇ ਦਿੰਦਾ, ਤੂੰ ਅਖੇ ਮਹਿਤੇ ਜਾ ਕੇ ਕਥਾ ਕਰਿਆ ਕਰ, ਇੱਥੋਂ ਵਾਲੀ ਚੁੱਕਦੀ ਹੈ ਤੇ ਨਾਲੇ ਤੇਰੀ ਸਲਾਹ ਮੰਗੀ ਕਿਹਨੇ ਹੈ, ਤੂੰ ਮੈਨੂੰ ਸਲਾਹ ਦੇਣ ਵਾਲਾ ਹੈ ਕੌਣ? ਅੱਜ ਕੱਲ੍ਹ ਦੀ ਭੂਸੀ ਸਿਵਨ ਕੱਦ ਵਾਲੀ ਗੱਲ, ਉਹ ਕੱਲ੍ਹ ਦਾ ਜੰਮਿਆ ਕੁਰਸੀ ਦੇ ਮਗਰ ਪੈ ਗਿਆ, ਧਰਮ ਆਪਣਾ ਛੱਡ ਗਿਆ, ਪਾਰਟੀ ਚੋਂ ਪਾਸੇ ਹੋ ਗਿਆ ਤੇ ਸਲਾਹ ਦੇਣ ਲੱਗਾ 40 ਬੰਦਿਆਂ ਨੂੰ, ਜਿਹਨਾਂ ਨੇ ਸੀਸ ਤਰੀ ਤੇ ਰੱਖ ਕੇ ਕਰੂੰਗਾ ਸਮਾਜ, ਇਹਨਾਂ ਨੂੰ ਇਹੋ ਜਿਹਾ ਲੋਕਾਂ ਤੋਂ ਬਚਣਾ। ਤਾਂ ਵੀਰ ਦਵਿੰਦਰ ਸਿੰਘ ਕੋਈ ਪ੍ਰੇਮੀ ਮੈਂ ਤਾਂ ਵੇਖ ਲਿਆ ਅੱਜ ਤੱਕ, ਉਹਨੇ ਲਿਖਿਆ ਹੈ ਅਖੇ ਮੈਂ ਆਪਣੇ ਪਰਿਵਾਰ ਨੂੰ, ਆਪਣੀ ਮਾਤਾ ਨੂੰ, ਬੱਚਿਆਂ ਨੂੰ, ਮੈਂ ਆਪ ਭਿੰਡਰਾਂ ਵਾਲੇ ਕੋਲੇ ਜਾਵਾਂਗਾ, ਉਹਨੂੰ ਕਹੂੰਗਾ ਮੈਂ ਮੇਰਾ ਸਾਰਾ ਪਰਿਵਾਰ ਮਾਰ ਦੇ, ਜੇ ਤੂੰ ਖੂਨ ਦਾ ਪਿਆਸਾ ਤੇ ਇਹਦੇ ਨਾਲ ਰੱਜ ਲੈ। ਕਹਿ ਤਾਂ ਦਿੱਤਾ ਫਿਰ ਆ ਜਾਂਦਾ, ਤੈਨੂੰ ਮੋੜਿਆ ਕਿਹਨੇ ਹੈ ਤੇ ਪਤਾ ਤਾਂ ਆਉਣ ਤੋਂ ਲੱਗਣਾ ਨਾ। ਉਹ ਜਿਸ ਮਨੁੱਖ ਦਾ ਕੰਮ ਹੈ ਨਸ਼ੇ ਛਡਾਉਣੇ, ਜਿਸ ਮਨੁੱਖ ਦਾ ਕੰਮ ਹੈ ਅੰਮ੍ਰਿਤ ਛਕਾਉਣਾ, ਜਿਸ ਮਨੁੱਖ ਦਾ ਕੰਮ ਹੈ ਗਾਤਰੇ ਕਿਰਪਾਨ ਪਵਾਉਣੀ, ਜਿਸ ਮਨੁੱਖ ਦਾ ਕੰਮ ਹੈ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠਿਆਂ ਕਰਨਾ, ਜਿਸ ਮਨੁੱਖ ਦਾ ਕੰਮ ਹੈ ਪੰਥ ਦੀ ਡਟ ਕੇ ਨੰਗੇ ਤੜ ਹਮਾਇਤ ਕਰਨੀ ਤੇ ਕਰਨ ਦੀ ਪ੍ਰੇਰਣਾ ਦੇਣੀ, ਜਿਸ ਮਨੁੱਖ ਦਾ ਕੰਮ ਹੈ ਕਿ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਸ ਗੁਰੂ ਦੇ ਲੜ ਲਾਉਣਾ ਤੇ ਸ਼ਬਦ ਗੁਰੂ ਦੇ ਮੰਨਣ ਵਾਸਤੇ ਦ੍ਰਿੜਤਾ ਸਹਿਤ ਕਹਿਣਾ ਤੇ ਉਸ ਮਨੁੱਖ ਵਾਸਤੇ ਕਹਿਣਾ ਜੀ ਖੂਨ ਦਾ ਪਿਆਸਾ। ਮੈਂ ਪੁੱਛਣਾ ਚਾਹੁੰਦਾ ਇਹੋ ਜਿਹੇ ਮੁੱਖ ਮੰਤਰੀ ਨੂੰ ਤੇ ਇਹਨਾਂ ਦੇ ਚਾਟੜਿਆਂ ਤੇ ਟੌਤਾਂ ਨੂੰ, ਜਿਸ ਮਨੁੱਖ ਦੇ ਰਾਜ ਵਿੱਚ ਇਸ਼ਟ ਨੂੰ ਅੱਗ ਲੱਗੀ ਹੋਵੇ, ਜਿਸ ਮਨੁੱਖ ਦੇ ਰਾਜ ਵਿੱਚ ਧੀਆਂ ਭੈਣਾਂ ਨੰਗੀਆਂ ਕਰਕੇ ਉਹਨਾਂ ਦੇ ਪਿਤਾ ਨੂੰ ਉੱਪਰ ਪਾਇਆ ਗਿਆ ਹੋਵੇ ਜ਼ਬਰਦਸਤੀ, ਜਿਸ ਮਨੁੱਖ ਦੇ ਰਾਜ ਵਿੱਚ ਸਿੱਖ ਦੇ ਧਾਰਮਿਕ ਸਥਾਨ ਦੀ ਪਵਿੱਤਰਤਾ ਭੰਗ ਕੀਤੀ ਗਈ ਹੋਵੇ ਤੰਬਾਕੂ ਸੁੱਟ ਕੇ, ਜਿਸ ਮਨੁੱਖ ਦੇ ਰਾਜ ਵਿੱਚ ਕਿਰਪਾਨ ਤੇ ਬੈਨ ਲੱਗਾ ਹੋਵੇ, ਜਿਸ ਮਨੁੱਖ ਦੇ ਰਾਜ ਵਿੱਚ ਉਹਦੀ ਆਪਣੀ ਜ਼ਬਾਨੀ ਬਚਨ ਹੋਣ ਕਿ ਮੇਰੀ ਬਦੌਲਤ ਇਹ ਸਿੱਖ ਕਲਚਰ ਖਤਮ ਹੋ ਗਿਆ। ਮੁੱਖ ਮੰਤਰੀ ਦਾ ਬਿਆਨ, ਪੰਜਾਬ ਦੇ ਮੁੱਖ ਮੰਤਰੀ ਜਕਰੀਏ ਦਾ, ਉਹਦਾ ਬਿਆਨ ਹੈ ਕਿ ਮੇਰੀ ਬਦੌਲਤ ਸਿੱਖ ਕਲਚਰ ਖਤਮ ਹੋ ਗਿਆ ਤੇ ਬਾਹਨ ਬੰਦ ਹੈ, ਜ਼ਿੰਮੇਵਾਰੀ ਲੈਂਦਾ, ਕਹਿੰਦਾ ਮੈਂ ਕਿਹੜਾ ਅਕਾਲੀਆਂ ਨਾਲੋਂ ਘੱਟ ਹੈ।